ਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਤਿੰਨ ਬੱਚਿਆਂ ਦੀ ਮਾਂ ਨੇ ਇਸ ਕਾਰਨ ਚੁਣੀ ਖੁਦ ਮੌਤ ਸ਼ਾਇਆ ਸੋਗ ਵੀਡੀਓ ਨੂੰ ਅੰਤ ਤੱਕ ਦੇਖਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਤਸਵੀਰ ਸਭ ਤੋਂ ਪਹਿਲਾਂ ਉਸ ਤਿੰਨ ਬੱਚਿਆਂ ਦੀ ਮਾਂ ਨੇ ਦਿਖਾ ਦਿੰਦੇ ਆ ਜਿਸ ਨੇ ਖੁਦ ਮੌਤ ਸੁਣੀ ਅਸੋਹੇ ਤਸਵੀਰ ਦੋਸਤੋ ਜੋ ਤੁਸੀਂ ਦੇਖ ਰਹੇ ਹੋ ਜੀ ਇਸ ਔਰਤ ਦੇ ਨਾਲ ਇਸ ਸਿੰਘਣੀ ਦੇ ਨਾਲ ਜੁੜੀ ਹੋਈ ਖਬਰ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਤਾਜ਼ਾ ਮਾਮਲਾ ਸਾਹਮਣੇ ਆਇਆ ਤਲਵੰਡੀ ਪਾਈ ਤੋਂ ਜਿੱਥੇ ਨਸ਼ੇੜੀ ਪਤੀ ਦੇ ਤਸ਼ੱਦਦ ਤੋਂ ਤੰਗ ਆ ਕੇ ਇੱਕ ਵਿਅਤਵ ਵੱਲੋਂ ਘਰ ਦੇ ਵਿੱਚ ਫਾਹ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਦਰਅਸਲ ਤਲਵੰਡੀ ਪਾਈ ਦੇ ਨੇੜਲੇ ਪਿੰਡ ਲੱਲੇ ਵਿੱਚ ਅੱਜ ਸਵੇਰੇ ਇੱਕ 26 ਸਾਲਾ ਵਿਅਤਵਾਂ ਵੱਲੋਂ ਆਪਣੇ ਪਤੀ ਦੀ ਨਸ਼ੇ ਦੀ ਹਾਲਤ ਅਤੇ ਘਰੇਲੂ ਕਲੇਸ਼ ਤੇ ਚੱਲਦਿਆਂ ਆਪਣੇ ਹੀ ਕਮਰੇ ਦੀ ਛੱਤ ਦੇ ਵਿੱਚ ਲੱਗੇ ਪੱਖੇ ਨਾਲ ਵਾਹ ਲੈ ਕੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਲਿਆ ਗਿਆ ਇਸ ਔਰਤ ਦਾ ਨਾਮ ਹਰਪ੍ਰੀਤ ਕੌਰ ਆ ਤੇ ਪਤਨੀ ਗੁਰਪਿਆਰ ਸਿੰਘ ਮ੍ਰਿਤਕਾ ਦੇ ਤਿੰਨ ਬੱਚੇ ਤੇ 6 ਸਾਲ ਪਹਿਲਾਂ ਵਿਆਹ ਹੋਇਆ ਸੀ ਤਸਵੀਰ ਦੋਸਤੋ ਤੁਸੀਂ ਇੱਕ ਵਾਰ ਫਿਰ ਆਪਣੇ ਫੋਨ ਦੀ ਡਿਸਪਲੇ ਤੇ ਦੇਖ ਸਕਦੇ ਹੋ ਉੱਥੇ ਹੀ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਕreturnData ਦਾ ਜਾਇਜ਼ਾ ਲਿਆ ਗਿਆ ਹੈ ਮ੍ਰਿਤਕ ਦੇ ਨੂੰ ਪੋਸਟਮਾਰਟਮ ਲਈ ਭੇਜਦ ਕੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਆ ਲੜਕੀ ਦੇ ਪਿਤਾ ਵੱਲੋਂ ਆਪਣੇ ਹੀ ਜਵਾਈ ਦੇ ਉੱਪਰ ਦੋਸ਼ ਲਾਉਂਦੇ ਕਿਹਾ ਗਿਆ ਕਿ ਮੇਰਾ ਜਵਾਈ ਅਕਸਰ ਹੀ ਨਸ਼ੇ ਕਰਕੇ ਘਰ ਵਿੱਚ ਆਉਂਦਾ ਸੀ ਤੇ ਅਕਸਰ ਉਸ ਦੇ ਵੱਲੋਂ ਮੇਰੀ ਬੇਟੀ ਦੀ ਕੁੱਟਮਾਰ ਕੀਤੀ ਜਾਂਦੀ ਸੀ ਤੇ ਮੇਰੇ ਜਵਾਈ ਤੋਂ ਤੰਗ ਆ ਕੇ ਮੇਰੀ ਬੇਟੀ ਦੇ ਵੱਲੋਂ ਇਹ ਗਤਮ ਗਲਤ ਕਦਮ ਚੁੱਕਿਆ ਗਿਆ ਹੈ ਉਹਨਾਂ ਨੇ ਦੱਸਿਆ ਕਿ ਜਦੋਂ ਉਹਨਾਂ ਦੀ ਬੇਟੀ ਦੇ ਵੱਲੋਂ ਇਸ ਕਦਮ ਨੂੰ ਅੰਜਾਮ ਦਿੱਤਾ ਗਿਆ ਤਾਂ ਸਹੁਰੇ ਪਰਿਵਾਰ ਵੱਲੋਂ ਉਹਨਾਂ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਗਈ ਕਿ ਉਹਨਾਂ ਦੀ ਬੇਟੀ ਵੱਲੋਂ ਅਜਿਹਾ ਖੌਫਨਾਕ ਕਦਮ ਚੁੱਕਿਆ ਗਿਆ ਹੈ ਉਹਨਾਂ ਨੇ ਕਿਹਾ ਜਦੋਂ ਅਸੀਂ ਮੌਕੇ ਤੇ ਆ ਕੇ ਵੇਖਿਆ ਤਾਂ ਸਾਡੀ ਬੇਟੀ ਦੀ ਮੌਤ ਹੋ ਚੁੱਕੀ ਸੀ ਅਸੀਂ ਇਸ ਸੰਬੰਧੀ ਸਹੁਰੇ ਪਰਿਵਾਰ ਨਾਲ ਗੱਲਬਾਤ ਕਰਨੀ ਚਾਹੀ ਤਾ ਉਹਨਾਂ ਨੇ ਸਾਡੀ ਕੋਟ ਮਾਰ ਕੀਤੀ ਮ੍ਰਿਤਕਾ ਦੇ ਪਰਿਵਾਰ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਇਨਸਾਫ ਦੀ ਗੁਹਾਰ ਲਾਈ ਗਈ ਆ ਧੰਨਵਾਦ